ਪਾਈ ਅਮਰਤਪਾਲ ਸਿੰਘ ਜੀ ਦੇ ਨਾਲ ਕਿਸੇ ਤਰ੍ਹਾਂ ਦਾ ਤਾਲਮੇ ਲੈ ਇਹ ਸਾਰੇ ਨੂੰ ਲੈ ਕੇ ਚਾਰ ਵਟਾਂਦਰਾ ਹੁਣ ਜੇ ਗੁਰੂ ਗ੍ਰੰਥ ਸਾਹਿਬ ਤੋਂ ਜੋ ਕੋਈ ਵੱਡਾ ਫਿਰਤਾ ਆਪਾਂ ਨੀਵੇਂ ਹੋ ਜਾਂਦੇ ਆ ਗੱਲ ਇਹ ਨਹੀਂ ਆ ਵੀ ਜਿੱਥੇ ਸਾਰੇ ਸਿੱਖ ਇਕੱਠੇ ਆ ਉੱਥੇ ਅਮਰਤਪਾਲ ਵੀ ਉਹਨਾਂ ਦੇ ਵਿੱਚ ਹੀ ਆ ਕਿ ਜਿੰਨੇ ਮੋਰਚੇ ਲੱਗ ਸਕਦੇ ਲਾਉਣੇ ਚਾਹੀਦੇ ਪਰ ਕੀ ਲੱਗਦਾ ਜੇ ਇੱਕੇ ਜਗ੍ਹਾ ਤੇ ਸਾਰੀ ਤਾਕਤ ਇਕੱਠੀ ਕਰਕੇ ਚੋਕੀ ਜਾਵੇ ਤਾਂ ਸਰਕਾਰ ਤੋਂ ਸਾਰੇ ਹੀ ਮਸਲੇ ਹੱਲ ਕਰਾਏ ਜਾ ਸਕਦੇ ਪਰ ਬਿਸ਼ਰਤ ਵੀ ਇਕੱਠ ਜਿਹੜੇ ਝੰਡੇ ਥੱਲੇ ਜਾਂ ਜਿੰਨਾਂ ਦੇ ਨਾਲ ਹੋ ਰਿਹਾ ਕਿ ਵਾਕਈ ਉਹ ਇਸ ਦੇ ਕਾਬਲ ਨੇ ਤਬਰ ਗਾੜੀ ਇਕੱਠ ਦੇ ਵਿੱਚੋਂ ਉਹ ਨਹੀਂ ਕੁਝ ਨਿਕਲ ਕੇ ਆਇਆ ਜੋ ਕੌਮ ਨੇ ਆਸ ਰੱਖੀ ਸੀ ਜਿਹਦੇ ਕਰਕੇ ਅੱਜ ਨਿਰਾਸ਼ਤਾ ਦਾ ਆਲਮ ਦੇਖਣਾ ਪੈ ਰਿਹਾ ਹੈ ਜੇ ਪ੍ਰਤਾਪ ਦੀ ਬੜੀ ਅਹਿਮ ਭੂਮਿਕਾ ਸਾਰੇ ਤੇ ਦੇਖੀ ਜਾਂਦੀ ਸੀ ਇਹਦੇ ਵਿੱਚ ਉਹਨਾਂ ਨੇ ਹੀ ਅੱਜ ਅਸਤੀਫਾ ਦਿੱਤਾ ਹੈ ਉਸ ਕਮੇਟੀ ਤੋਂ ਜਿਹੜੀ ਸਾਰਾ ਤੇ ਕਿ ਸਰਕਾਰ ਜਿਹੜੇ ਆਦਮੀ ਦੇ ਸਰ ਤੇ ਬੰਦੇ ਦੇ ਸਰ ਤੇ ਸਰਕਾਰ ਬਣੀ ਆ ਜਿਹਦੇ ਇਹਨਾਂ ਨੇ ਸੋਲੇ ਗਏ ਆ ਅੱਜ ਉਹ ਤੁਹਾਡੇ ਹੀ ਸਿਸਟਮ ਦੇ ਖਿਲਾਫ ਫੇਰ ਬੁਲ ਰਿਹਾ ਚੋਣਾਂ ਤੋਂ ਪਹਿਲਾਂ ਕਿ ਮੋਰਚੇ ਲੱਗਣ ਦੀ ਲੋੜ ਹੀ ਨਹੀਂ ਪਿਆ ਕਰਨੀ ਸਿੱਧੀ ਆ ਕੇ ਗੱਲ ਕਰੋ ਮਸਲੇ ਦਾ ਹੱਲ ਲਾਓ ਤੇ ਘਰ ਨੂੰ ਜਾਓ ਮੈਨੂੰ ਲੱਗਦਾ ਇਹ ਨਾ ਹੋਵੇ ਸਰਕਾਰ ਨਾ ਘਰਾਂ ਨੂੰ ਚੱਲ ਜੇ ਜਿਹੜੇ ਤਰੀਕੇ ਚ ਤੁਰੇ ਫਿਰਦੇ ਆ ਇਹ ਅੱਜ ਮੁੱਖ ਮੰਤਰੀ ਪੰਜਾਬ ਦਾ ਚੁਣਿਆ ਹੋਵੇ ਤੇ ਕਾਠੰਡਾ ਹੋਵੇ ਰघव ਦੇ ਕੋਠੀ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਆਈ ਵੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਇਨੇ ਦਿਨੀ ਮੋਹਾਲੀ ਦੇ ਵਿੱਚ ਮੋਰਚਾ ਚੱਲ ਰਿਹਾ ਹੈ ਜਿਸ ਦੀਆਂ ਚਰਚਾਵਾਂ ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਲਗਾਤਾਰ ਸਰਗਰਮੀਆਂ ਦੀਆਂ ਤਸਵੀਰਾਂ ਉੱਥੋਂ ਸਾਹਮਣੇ ਆਉਂਦੀਆਂ ਨੇ ਪਰ ਇਸ ਸਮੇਂ ਅਸੀਂ ਭਾਈ ਸੁਖਰਾਜ ਸਿੰਘ ਜੀ ਨਿਆਮੀ ਵਾਲਿਆਂ ਦੇ ਨਾਲ ਆ ਉਹਨਾਂ ਤੋਂ ਜਾਣਾਂਗੇ ਤੇ ਉਹਨਾਂ ਦਾ ਕੀ ਪ੍ਰਤੀਕਰਮ ਹੈ ਇਸ ਦੇ ਬਾਰੇ ਵਿੱਚ ਤੇ ਕੀ ਕੁਝ ਉਹਨਾਂ ਨੇ ਆਉਣ ਵਾਲੇ ਸਮੇਂ ਲਈ ਉਲਿੱਕਿਆ ਹੋਇਆ ਹੈ ਕਿਉਂਕਿ ਲੰਬੇ ਸਮੇਂ ਤੋਂ ਉਹ ਵੀ ਸੰਘਰਸ਼ ਕਰ ਰਹੇ ਨੇ ਇਨਸਾਫ ਦੇ ਲਈ ਉਡੀਕ ਦੇ ਵਿੱਚ ਨੇ ਪਰ ਹਾਲੇ ਤੱਕ ਝੋਲੀ ਖਾਲੀ ਹੈ ਕੁਝ ਪੱਲੇ ਨਹੀਂ ਪੈ ਰਿਹਾ ਅੱਗੇ ਕੀ ਦੇਵ ਨਾਨਾ ਗੱਲਬਾਤ ਕਰਾਂਗੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਉਹੀ ਗੱਲ ਵੀ ਝੋਲੀ ਫਿਲਹਾਲ ਤੱਕ ਤਾਂ ਖਾਲੀ ਐ ਉਧਰ ਮੁਹਾਲੀ ਦੀ ਗੱਲ ਕਰਦੇ ਆ ਉੱਥੇ ਵੀ ਲਗਾਤਾਰ ਸੰਘਰਸ਼ ਪੱਖ ਦਾ ਜਾ ਰਿਹਾ ਹੈ ਅੱਜ ਦੇ ਨਵੀਂ ਕਾਲ ਦੇਣ ਦੀ ਗੱਲ ਹੁੰਦੀ ਹੈ ਕੀ ਲੱਗਦਾ ਹੈ ਜਿਹੜਾ ਉੱਥੇ ਮੋਰਚਾ ਲੱਗਿਆ ਹੈ ਉਹਦਾ ਇੱਥੇ ਵੀ ਅਸਰ ਪਊਗਾ ਨਵੇੜਾ ਉਥੇ ਵਾਲਾ ਜਿਹੜੀ ਗੱਲਾਂ ਲਾ ਕੇ ਬੈਠੇ ਨੇ ਉਹਦਾ ਹੱਲ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਜੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਤਾਂ ਮੋਰਚੇ ਦੋ ਵੀ ਬਹੁਤ ਥੋੜੇ ਆ ਜਿੱਥੇ ਸਾਡੇ ਇਸਤ ਦੀ ਗੱਲ ਆਉਂਦੀ ਆ ਉਥੇ ਹਰ ਇੱਕ ਸਿੱਖ ਦਾ ਸੰਘਰਸ਼ ਕਰਨਾ ਬੰਦਾ ਤਾਂ ਜਿੰਨੇ ਵੀ ਪੰਜਾਬ ਦੇ ਵਿੱਚ ਮੋਰਚੇ ਲੱਗ ਸਕਦੇ ਆ ਜਾਂ ਲੱਗ ਚੁੱਕੇ ਆ ਜਾਂ ਲੱਗਣ ਦਾ ਸੋਚ ਰਹੇ ਨੇ ਆ ਸਾਰਿਆਂ ਦਾ ਇੱਕੋ ਹੀ ਇੱਕ ਜਿਹੜਾ ਸੁਨੇਹਾ ਜਾਂਦਾ ਕਿ ਗੁਰੂ ਸਾਹਿਬ ਦੀ ਸਾਡੇ ਦੀ ਬੇਅਦਬੀ ਹੋਈ ਆ ਇਸ ਦੀ ਸਾਡੇ ਦੀ ਬੇਅਦਬੀ ਹੋਈ ਆ ਅਸੀਂ ਉਹਦੇ ਇਨਸਾਫ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਤਾਂ ਇਹਦੇ ਨਾਲ ਸਰਕਾਰ ਤੇ ਤੇ ਜਾਂ ਇਥੋਂ ਦੇ ਸਿਸਟਮ ਤੇ ਜਰੂਰ ਸਵਾਲ ਖੜੇ ਹੋਣਗੇ ਕਿਸੇ ਸੰਘਰਸ਼ ਨੂੰ ਟਾ ਨਹੀਂ ਲੱਗੂਗੀ ਹਮੇਸ਼ਾ ਚੜ੍ਹਦੀ ਕਲਾ ਦੇ ਪਾਸ ਜਾਵਾਂਗੇ ਚਾਹੇ ਬੰਦੀ ਸਿੰਘਾਂ ਦੀ ਗੱਲ ਉੱਥੇ ਤੁਸੀਂ ਕਰ ਰਹੇ ਹੋ ਮੈਸੇਜ ਤਾਂ ਦੇ ਸਰਕਾਰ ਨੂੰ ਜਾਂ ਇੱਥੋਂ ਦੇ ਜਿਹੜੇ ਤੰਤਰ ਆ ਉਹਨੂੰ ਜਾ ਰਿਹਾ ਨਾ ਕਿ ਅਸੀਂ ਆਪਣੇ ਇਹਨਾਂ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਾਂ ਚਾਹੇ ਇੱਥੇ ਬੈਠ ਕੇ ਆ ਚਾਹੇ ਉੱਥੇ ਆ ਚਾਹੇ ਨਵੀਂ ਥਾਂ ਤੇ ਗੱਲ ਕਰਾਂਗੇ ਤਾਂ ਉਹ ਇਹੀ ਆ ਕਿ ਅਸੀਂ ਸਰਕਾਰ ਨੂੰ ਘੇਰਨ ਦੀ ਤਿਆਰੀ ਚਾਹਤੇ ਸਰਕਾਰ ਹੀ ਚ ਘੇਰੀ ਜਾ ਰਹੀ ਆ ਜੀ ਕੀ ਲੱਗਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿੰਨੇ ਮੋਰਚੇ ਲੱਗ ਸਕਦੇ ਲਾਉਣੇ ਚਾਹੀਦੇ ਪਰ ਕੀ ਲੱਗਦਾ ਜੇ ਇੱਕ ਹੀ ਜਗ੍ਹਾ ਤੇ ਸਾਰੀ ਤਾਕਤ ਇਕੱਠੀ ਕਰਕੇ ਝੋਕੀ ਜਾਵੇ ਤਾਂ ਸਰਕਾਰ ਤੋਂ ਸਾਰੇ ਹੀ ਮਸਲੇ ਹੱਲ ਕਰ ਦੇਖੋ ਇਹ ਸਮਾਂ ਜਿਹੜਾ ਅੱਜ ਦੇ ਹਿਸਾਬ ਨਾਲ ਜ਼ਰੂਰ ਹੋਣਾ ਚਾਹੀਦਾ ਇਕੱਠ ਵੱਡੇ ਪੱਧਰ ਤੇ ਹੋਣਾ ਚਾਹੀਦਾ ਪਰ ਬੇਸ਼ਰਤ ਵੀ ਇਕੱਠ ਜਿਹੜੇ ਝੰਡੇ ਥੱਲੇ ਜਾਂ ਜਿਨ੍ਹਾਂ ਦੇ ਨਾਲ ਹੋ ਰਿਹਾ ਕਿ ਵਾਕਈ ਉਹ ਇਸ ਦੇ ਕਾਬਲ ਨੇ ਕਿਉਂਕਿ ਅਸੀਂ ਪਹਿਲਾਂ ਕੌਮ ਆ ਜਿਹੜੀ ਉਹ ਇਸ ਗੱਲ ਦੇ ਲਈ ਨਿਰਾਸ਼ਤਾ ਦੇ ਵਿੱਚ ਆ ਕਿ ਜਦੋਂ ਬਰਗਾੜੀ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ ਤਬਰ ਗਾੜੀ ਇਕੱਠ ਦੇ ਵਿੱਚੋਂ ਉਹ ਨਹੀਂ ਕੁਛ ਨਿਕਲ ਕੇ ਆਇਆ ਜੋ ਕੌਮ ਨੇ ਆਸ ਰੱਖੀ ਸੀ ਜਿਹਦੇ ਕਰਕੇ ਅੱਜ ਨਿਰਾਸ਼ਤਾ ਦਾ ਆਲਮ ਦੇਖਣਾ ਪੈ ਰਿਹਾ ਉਹ ਉਹ ਇਹਨਾਂ ਗੱਲਾਂ ਕਰਕੇ ਲੋਕਾਂ ਦਾ ਵਿਸ਼ਵਾਸ ਨਹੀਂ ਵੱਜ ਰਿਹਾ ਸੰਘਰਸ਼ ਚੱਲਣਾ ਚਾਹੀਦਾ ਕਿਉਂਕਿ ਨਿੱਕਾ ਤਾਂ ਹੈ ਨਹੀਂ ਲੰਮਾ ਚੱਲਣਾ ਪਊਗਾ ਜੇ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਵੱਡੀ ਗੱਲ ਆਹੋ ਤਾਂ ਇਸ ਸਿਸਟਮ ਨੂੰ ਚੈਲੰਜ ਕਰਕੇ ਚੱਲਣਾ ਪਊਗਾ ਤੇ ਉਹਦੇ 'ਚ ਸਾਨੂੰ ਜਿਹੜੀ ਆ ਆਪਣੇ 'ਚ ਇੰਨੀ ਕਿ ਨਿਮਰਤਾ ਤੇ ਹਿੰਮਤ ਰੱਖਣੀ ਪਊਗੀ ਕਿ ਗਾਂਵ ਆਲਾ ਚਾਹੇ ਸਾਡਾ ਸਮਰਥਕ ਆ ਚਾਹੇ ਵਿਰੋਧੀ ਆ ਉਹਦੇ ਨਾਲ ਉਲਝਣ ਦੀ ਬਜਾਏ ਸਾਡਾ ਜਿਹੜਾ ਸਟੇਟ ਨਾਲ ਜਾਂ ਸਿਸਟਮ ਨਾਲ ਹੀ ਜਿਹੜਾ ਉਲਝਾ ਉਹ ਠੀਕ ਰਹੂਗਾ ਜੀ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਹਿੰਦੇ ਕਿ ਥੋੜੇ ਦਿਨਾਂ ਤੱਕ ਤੁਸੀਂ ਵੀ ਉਹਨਾਂ ਦੇ ਨਾਲ ਹੀ ਰਲ ਰਹੇ ਹੋ ਆਪਣੇ ਇਸ ਸੰਘਰਸ਼ ਜਿੰਨਾ ਸਮਾਂ ਬੇਅਦਬੀ ਇਨਸਾਫ ਮੋਰਚੇ ਦੀਆਂ ਮੰਗਾਂ ਗੁਰੂ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦੀ ਮੰਗਾਂ ਕਿਉਂਕਿ ਪ੍ਰੈਜ਼ੈਂਟ ਜੋ ਹੋਇਆ ਇੱਥੇ ਹੋਇਆ ਗੋਲੀ ਇੱਥੇ ਚੱਲੀ ਆ ਇੱਥੇ ਹੀ ਸਿੰਘਸ਼ੀਦ ਹੋਇਆ ਸੋ ਅਸੀਂ ਉਹਨਾਂ ਸਮਾਂ ਤਾਂ ਇਸ ਤੇ ਜਦੋਂ ਸਾਡੀਆਂ ਮੰਗਾ ਚਲਾਨ ਪੇਸ਼ ਕਰਨ ਤੱਕ ਦੀਆਂ ਉਹਨਾਂ ਸਮਾਂ ਅਸੀਂ ਇੱਥੇ ਆ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਇੱਥੋਂ ਕੁਛ ਕਰਦੀ ਆ ਤਾਂ ਜਿਹੜਾ ਉਸ ਤੋਂ ਬਾਅਦ ਦਾ ਪੀਰੀਅਡ ਆ ਉਹ ਅਸੀਂ ਉੱਥੇ ਆਪਣਾ ਜਿਹੜਾ ਜ਼ਰੂਰ ਸਹਿਕੌਮ ਦਾ ਮੋਰਚਾ ਸਮ ਸਾਰਿਆਂ ਦਾ ਮੋਰਚਾ ਉਹ ਚ ਅਸੀਂ ਜ਼ਰੂਰ ਸ਼ਮੂਲਿਤ ਕਰਾਂਗੇ ਜੀ ਕੁਵਰ ਵਿਜੇਪ੍ਰਤਾ ਆਪਦੀ ਬੜੀ ਅਹਿਮ ਭੂਮਿਕਾ ਸਾਰੇ ਚ ਦੇਖੀ ਜਾਂਦੀ ਸੀ ਇਹਦੇ ਵਿੱਚ ਉਹਨਾਂ ਨੇ ਹੀ ਅੱਜ ਅਸਤੀਫਾ ਦਿੱਤਾ ਉਸ ਕਮੇਟੀ ਤੋਂ ਜਿਹੜੀ ਸਾਰਾ ਦੇਖਰੇਖ ਕਰ ਰਹੀ ਸੀ ਉਪਰ ਕਹਿੰਦੇ ਸੁਣਵਾਈ ਨਹੀਂ ਹੋ ਰਹੀ ਮੈਂ ਇਸ ਕਮੇਟੀ ਚੋਂ ਚੇਅਰਮੈਨ ਵਜੋਂ ਅਸਤੀਫਾ ਦੇ ਰਿਹਾ ਉਹ ਚੇਅਰਮੈਨ ਇੱਕ ਹੋਰ ਕਈ ਕਮੇਟੀਆਂ ਹੁੰਦੀਆਂ ਸਰਕਾਰ ਦੇ ਅੰਦਰ ਉਹ ਇੱਕ ਵਿਧਾਨ ਸਭਾ ਦੇ ਅੰਦਰ ਇੱਕ ਕਮੇਟੀ ਆ ਜਿਨ੍ਹਾਂ ਦੇ ਚੇਅਰਮੈਨ ਸੀ ਜੇ ਤਾਂ ਉਹਨਾਂ ਨੇ ਅਸਤੀਫਾ ਦਿੱਤਾ ਉਹ ਇੱਕ ਮੈਂ ਸਮਝਾਂਗਾ ਕਿ ਸਰਕਾਰ ਜਿਹੜੇ ਆਦਮੀ ਦੇ ਸਿਰ ਤੇ ਬੰਦੇ ਦੇ ਸਿਰ ਤੇ ਸਰਕਾਰ ਬਣੀ ਆ ਜਿਹਦੇ ਇਹਨਾਂ ਨੇ ਸੋਲੇ ਗਏ ਆ ਅੱਜ ਉਹ ਤੁਹਾਡੇ ਹੀ ਸਿਸਟਮ ਦੇ ਖਿਲਾਫ ਫੇਰ ਬੁਲ ਰਿਹਾ ਸੋ ਕਿਤਨਾ ਕਿਤੇ ਤੁਹਾਡੇ ਚ ਕਮੀਆਂ ਜ਼ਰੂਰ ਆ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਤਾਂ ਜਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਬਣੀ ਆ ਪਹਿਲ ਦੇ ਆਧਾਰ ਤੇ ਉਹ ਹੱਲ ਕਰਨ ਦੀ ਲੋੜ ਆ ਤਾਂ ਜੋ ਇਸ ਤਰ੍ਹਾਂ ਇੱਕ ਇੱਕ ਕਰਕੇ ਕਦੇ ਚੇਅਰਮੈਨ ਹੀ ਤੋਂ ਅਸਤੀਫਾ ਦੇਊਗਾ ਕੋਈ ਕੱਲ ਨੂੰ ਕੋਈ ਆਪਣੇ ਪਦ ਤੋਂ ਅਸਤੀਫੇ ਦੇਣਗੇ ਸੋ ਇਹ ਸਰਕਾਰ ਲਈ ਵੀ ਜਿਹੜਾ ਇੱਕ ਸਵਾਲ ਆ ਬਹੁਤ ਵੱਡਾ ਕਿ ਤੁਸੀਂ ਲੋਕਾਂ ਨੂੰ ਸੱਚ ਦੇ ਰਾਹ ਤੇ ਲੈ ਕੇ ਜਾਣਾ ਚਾਹੁੰਦੇ ਪਰ ਤੁਸੀਂ ਵੀ ਅੱਜ ਕਿਤਨਾ ਕਿਤੇ ਉਸ ਝੂਠ ਦੇ ਵਿੱਚ ਘਰੇ ਹੋ ਜਿਹਦੇ ਕਰਕੇ ਜਿਹੜੇ ਸੱਚੇ ਆ ਉਹ ਤੁਹਾਡੇ ਤੋਂ ਪਾਸੇ ਹੋ ਰਹੇ ਆ ਕੱਲ ਹੁੰਦੀ ਸੀ ਚੋਣਾਂ ਤੋਂ ਪਹਿਲਾਂ ਕਿ ਮੋਰਚੇ ਲੱਗਣ ਦੀ ਲੋੜ ਹੀ ਨਹੀਂ ਪਿਆ ਕਰਨੀ ਸਿੱਧੀ ਆ ਕੇ ਗੱਲ ਕਰੋ ਮਸਲੇ ਦਾ ਹੱਲ ਲਾਓ ਤੇ ਘਰ ਨੂੰ ਜਾਓ ਪਰ ਉਹ ਹੱਲ ਕਿਤੇ ਉਹ ਵਾਲੀ ਗੱਲ ਨਜ਼ਰ ਨਹੀਂ ਆ ਰਹੀ ਆ ਸਟੇਫੀਆਂ 'ਚ ਗੱਲ ਬਦਲਦੀ ਜਾ ਰਹੀ ਆ ਮੈਨੂੰ ਲੱਗਦਾ ਇਹ ਨਾ ਹੋਵੇ ਸਰਕਾਰ ਨਾ ਘਰਾਂ ਨੂੰ ਚੱਲ ਜੇ ਜਿਹੜੇ ਤਰੀਕੇ 'ਚ ਤੁਰੇ ਫਿਰਦੇ ਆ ਇਹ ਸੋ ਬਹੁਤਾ ਸਮਾਂ ਜੇ ਪੰਜਾਬ ਦੇ ਲੋਕ ਟੈਂਕੀਆਂ ਤੇ ਚੜੇ ਹੋਏ ਆ ਕੋਈ ਟੋਲਾਂ ਤੇ ਬੈਠੇ ਹੋਏ ਆ ਕੋਈ ਮੋਰਚਾਂ ਤੇ ਆ ਆਪਣੀ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕ ਆড্ডা ਤਾਂ ਇਹ ਇਹ ਚੀਜ਼ਾਂ ਦੇ ਉੱਤੇ ਵਿਸਤਾਰਪੂਰਵਕ ਜਿਹੜੀ ਗੱਲ ਕਰਨ ਦੀ ਲੋੜ ਆ ਤਾਂ ਇਹਨੂੰ ਸਹੀ ਢੰਗ ਤੇ ਸਜੇ ਤਰੀਕੇ ਦੇ ਨਾਲ ਸਮੇਟਣ ਦੀ ਲੋੜ ਆ ਤਾਂ ਸਰਕਾਰ ਆ ਜੇ ਇਸ ਥਰੀ ਇਹਨੂੰ ਅੰਗੋਲਿਆ ਕਰੂਗੀ ਚਾਹੇ ਬੇਅਦਬੀ ਦਾ ਮੁੱਦਾ ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋ ਗਿਆ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਆ ਚਾਹੇ ਇੱਥੇ ਫਸਲਾਂ ਦੀ ਗੱਲ ਆ ਸੋ ਇਹਨਾਂ ਨੂੰ ਅੰਗੋਲਿਆ ਨਹੀਂ ਕੀਤਾ ਜਾ ਸਕਦਾ ਸੋ ਉਹਦੇ ਤੇ ਵਿਸਤਾਰਪੂਰਵਕ ਤੇ ਦ੍ਰਿੜਤਾ ਨਾਲ ਫੈਸਲੇ ਲੈਣ ਦੀ ਲੋੜ ਆ ਦਿੱਲੀ ਤੋਂ ਤਾਂ ਪਹਿਲਾਂ ਵੀ ਚੱਲਦੇ ਸੀ ਚੀਦੇ ਕਰਕੇ ਲੋਕਾਂ ਨੇ ਤੁਹਾਨੂੰ ਅੱਗੇ ਲਿਆਂਦਾ ਸੀ ਪੰਜਾਬ ਤੋਂ ਚੱਲਣ ਕਰਕੇ ਤੁਸੀਂ ਅੱਜ ਉਹਨਾਂ ਨਾਲੋਂ ਵੀ ਕਈ ਗੁਣਾ ਤੇਜ਼ ਫਿਰ ਦਿੱਲੀ ਤੋਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਕਹਿੰਦਾ ਭਾਵੇਂ ਆ ਕਿ ਉਹ ਤਾਂ ਹਜੇ ਕਿਤੇ ਨਾ ਕਿਤੇ ਪੰਜਾਬ ਦੀ ਥੋੜੀ ਬਹੁਤੀ ਇਨਵੋਲਵਮੈਂਟ ਹੋ ਜਾਂਦੀ ਸੀ ਇੱਥੇ ਤਾਂ ਜਿਵੇਂ ਦਿੱਲੀ ਤੋਂ ਜਿਹੜਾ ਡਿਕਟੇਟ ਹੋ ਰਿਹਾ ਕੰਮ ਸੋ ਜਿਹੜਾ ਪੰਜਾਬ ਨੂੰ ਕਦੇ ਵੀ ਮਨਜ਼ੂਰ ਨਹੀਂ ਆ ਜੀ ਇੱਕ ਗੱਲ ਹੋਰ ਬੜੀ ਇਹ ਗੱਲ ਕਹੀ ਜਾਂਦੀ ਹੈ ਕਿ ਸਰਕਾਰ ਤਾਂ ਦਿੱਲੀ ਤੋਂ ਚੱਲਦੀ ਹੈ ਤੁਹਾਡਾ ਕੀ ਇਸ ਤੇ ਪ੍ਰਤੀਕਰਮ ਹੈ ਮੈਂ ਦੱਸ ਹੀ ਚੁੱਕਿਆ ਹਾਂ ਚੱਲਦੀ ਦਿੱਲੀ ਤੋਂ ਆ ਦਿੱਲੀ ਵਾਲੇ ਜਦੋਂ ਪੰਜਾਬ ਦੇ ਵਿੱਚ ਲਿਆ ਕੇ ਐਮਪੀ ਬਣਾਏ ਜਾਂਦੇ ਆ ਤਾਂ ਦਿੱਲੀ ਵਾਲੇ ਪੰਜਾਬ ਦੀ ਅੱਜ ਮੁੱਖ ਮੰਤਰੀ ਪੰਜਾਬ ਦਾ ਚੁਣਿਆ ਹੋਵੇ ਤੇ ਇਕੱਠ ਹੁੰਦਾ ਹੋਵੇ ਰਗਵ ਦੇ ਕੋਠੀ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਤੇ ਫਿਰ ਇਤੋਂ ਵੱਡੀ ਹੋਰ ਗੱਲ ਕਿ ਹੋ ਸਕਦੀ ਕਿਥੋਂ ਮਤਲਬ ਹੋਰ ਇਦੋਂ ਵੱਡਾ ਸਬੂਤ ਕੀ ਹੋ ਸਕਦਾ ਵੀ ਸਰਕਾਰ ਉੱਥੇ ਚੱਲਦੀ ਉੱਥੇ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਐਡਵੋਕੇਟਰ ਜਿੰਦਰ ਸਿੰਘ ਧਾਮੀ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਕਹਿੰਦੇ ਨੌਜਵਾਨਾਂ ਨੇ ਥੋੜਾ ਜਿਹਾ ਤਲਖੀ ਕਰ ਦਿੱਤੀ ਉਸ ਤੋਂ ਬਾਅਦ ਉੱਥੇ ਆਗੂਆਂ ਦਾ ਵੀ ਬਿਆਨ ਆਇਆ ਕਿ ਅਸੀਂ ਨਾ ਤਾਂ ਉਹਨਾਂ ਨੂੰ ਸੱਦਿਆ ਸੀ ਇਹ ਸਾਰੀਆਂ ਗੱਲਾਂ ਹੋਈਆਂ ਤੁਸੀਂ ਇਹਨਾਂ ਸਾਰੀਆਂ ਨੂੰ ਕਿਵੇਂ ਵੇਚਦੇ ਨਹੀਂ ਦੇਖੋ ਜਿੱਥੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਕੌਮ ਦੀ ਗੱਲ ਆ ਮੋਰਚੇ ਦੇ ਕੌਮੀ ਮੋਰਚੇ ਦੀ ਗੱਲ ਆ ਜਿਹੜਾ ਬੰਦਾ ਤੁਹਾਡੇ ਕੋਲੇ ਚੱਲ ਕੇ ਆ ਰਿਹਾ ਤਾਂ ਇਟ ਮੀਨਸ ਤੁਹਾਡੀਆਂ ਮੰਗਾਂ ਦਾ ਸਮਰਥਨ ਕਰਨ ਆ ਰਿਹਾ ਸੋ ਤੁਸੀਂ ਉਹਨਾਂ ਮੰਗਾਂ ਦੇ ਉੱਤੇ ਸਹਿਯੋਗ ਲਓ ਵਿਰੋਧ ਨਹੀਂ ਜ਼ਰੂਰੀ ਆ ਵਿਰੋਧ ਮਤਲਬ ਸਿੰਬੋਲਿਕ ਤਰੀਕੇ ਨਾਲ ਹੋ ਸਕਦਾ ਸੀਗਾ ਸਵਾਲਾਂ ਦੇ ਨਾਲ ਹੋ ਸਕਦਾ ਜੇ ਉਹ ਗਲਤ ਆ ਤਾ ਉਹਦਾ ਇੱਕ ਉਸ ਤਰੀਕੇ ਨਾਲ ਸਵਾਲ ਜਵਾਬ ਜਿਹੜੇ ਹੋ ਸਕਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਹੁੱਲੜ ਬਾਜੀ ਦੇ ਵਿੱਚ ਗੱਡੀ ਤੋੜਨ ਦੇ ਵਿੱਚ ਉਹ ਜਿਹੜੇ ਉੱਥੇ ਸਵਾਲ ਸੀ ਚੰਗ ਲੋਕਾਂ ਨੂੰ ਤਾਂ ਪਤਾ ਹੋਣਗੇ ਵੀ ਇਹਨਾਂ ਨੇ ਇਹਨਾਂ ਦੀਆਂ ਕਮੀਆਂ ਉੱਥੋਂ ਵਾਲੇ ਬੈਠਿਆਂ ਨੂੰ ਪਤਾ ਹੋਣਗੇ ਤੁਹਾਨੂੰ ਪਤਾ ਹੋਊ ਥੋੜੇ ਨੂੰ ਪਤਾ ਹੋਊ ਪਰ ਜਿਹੜੇ ਆਮ ਲੋਕ ਆ ਜਿਹੜੇ ਕਈ ਚੰਗੀ ਸਖਸ਼ੀਅਤ ਸਮਝਦੇ ਹੁੰਦੇ ਆ ਵੀ ਇਹ ਬਹੁਤ ਚੰਗੇ ਆ ਉਹਨਾਂ ਨੂੰ ਦੱਸਣ ਦੀ ਲੋੜ ਆ ਸਾਡਾ ਜਿਹੜੀ ਅਵੇਅਰਨੈਸ ਦੀ ਕਮੀ ਹੈ ਜਿਹੜੀ ਪਿੰਡਾਂ ਦੇ ਵਿੱਚ ਉਹ ਸਾਨੂੰ ਵਧਾਉਣ ਦੀ ਲੋੜ ਆ ਉਹ ਲੋਕਾਂ ਦੇ ਵਿੱਚ ਗੱਲ ਲਿਆਉਣ ਦੀ ਲੋੜ ਸੀ ਵੀ ਇਹਨਾਂ ਨੂੰ ਸਵਾਲ ਅਸੀਂ ਇਹ ਤਾਂ ਕਰ ਰਹੇ ਆ ਜਿਹੜੇ ਪੱਧਰ ਤੇ ਬੈਠੇ ਆ ਲੋਕਾਂ ਦੇ ਇਹਨਾਂ ਪ੍ਰਤੀ ਕੀ ਗਿਲੇ ਆ ਕੀ ਇਹ ਕਰ ਸਕਦੇ ਸੀ ਕੀ ਇਹਨੇ ਨਹੀਂ ਕੀਤਾ ਲੋਕਾਂ ਨੂੰ ਸਮਝਾਉਣ ਦੀ ਲੋੜ ਸੀ ਜਿਹੜੀ ਗੱਲ ਅਕਸਰ ਕਹੀ ਜਾਂਦੀ ਸੀ ਕਿ ਕੌਮ ਨੂੰ ਇੱਕ ਝੰਡੇ ਦੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਕੀ ਲੱਗਦਾ ਮੋਹਾਲੀ ਵਾਲੇ ਮੋਰਚੇ ਤੋਂ ਬਾਅਦ ਹੋਏ ਇਕੱਠ ਹੋਊਗਾ ਨਹੀਂ ਬਿਲਕੁਲ ਜੀ ਕੌਮ ਇਕੱਠੀ ਹੋਊਗੀ ਕੋਈ ਸ਼ੱਕ ਨਹੀਂ ਹੈ ਜੇ ਸਾਡੇ ਤੇ ਸਾਡੀ ਕੌਮ ਜਦੋਂ ਮਤਲਬ ਧੱਕਾ ਹੁੰਦਾ ਜ਼ਰੂਰ ਇਕੱਠੀ ਹੁੰਦੀ ਹੈ ਇਹ ਤਾਂ ਇੱਕ ਸਾਡੇ ਕੋਲੇ ਬਹੁਤ ਵੱਡਾ ਕਨਸੈਪਟ ਹੈ ਚਾਹੇ ਸ਼ਹੀਦੀ ਹੋ ਜਾਏ ਚਾਹੇ ਕੋਈ ਵੱਡਾ ਦਿਖਾਂਤ ਵਾਪਰ ਜੇ ਉਦੋਂ ਸਾਡੇ ਇਕੱਠ ਹੁੰਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਕੌਮ ਇਹਨਾਂ ਚੀਜ਼ਾਂ ਚੋਂ ਨਿਕਲ ਕੇ ਸਾਡੇ ਇੱਕ ਗੁਰਮਤਿਆਂ ਦੇ ਤਹਿ ਥੋੜੇ ਦਿਨਾਂ ਦੇ ਵਿੱਚ ਹੀ ਹੋਊਗਾ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਤੁਹਾਡੀ ਅਗਲੀ ਰਣਨੀਤੀ ਕੀ ਹੈ ਅਸੀਂ ਇੱਥੋਂ 5 ਫਰਵਰੀ ਦਾ ਜਿਹੜਾ ਆਪਣਾ ਪ੍ਰੋਗਰਾਮ ਆ ਸਾਰੀਆਂ ਸੰਗਤਾਂ ਦੇ ਨਾਲ ਜਿਹੜਾ ਗਰਮਤਾ ਕਰਕੇ ਐਲਾਨਿਆ ਹੋਇਆ ਤਾਂ ਉਹਦੇ ਵਿੱਚ ਅਸੀਂ ਆਪਣਾ ਉਹਤੇ ਪੂਰੇ ਉਤਰਾਂਗੇ ਅਸੀਂ ਉਹਨੂੰ ਪਹਿਲੀ ਕਾਲ ਰੋਡ ਬੰਦ ਦੀ ਅੱਗੇ ਦੇਖੋ ਜਿਵੇਂ ਜਿਵੇਂ ਸਿੱਖ ਸੰਗਤ ਚਾਹੂਗੀ ਉਵੇਂ ਹੋਊਗਾ ਜੀ ਜੀ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਕਿਸੇ ਤਰ੍ਹਾਂ ਦਾ ਤਾਲਮੇ ਲੈ ਇਹ ਸਾਰੇ ਨੂੰ ਲੈ ਕੇ ਕਿਵੇਂ ਦੀ ਵਿਚਾਰ ਵਟਾਂਦਰਾ ਕੋਈ ਹੋਇਆ ਸਾਡੇ ਸਾਰੇ ਸਿੱਖਾਂ ਨਾਲ ਹੀ ਤਾਲਮੇ ਲਾ ਵਚਾਰ ਉਟਾਂਦਰਾ ਹੁਣ ਜੇ ਗੁਰੂ ਗ੍ਰੰਥ ਸਾਹਿਬ ਤੋਂ ਜੋ ਕੋਈ ਵੱਡਾ ਫਿਰਤਾ ਆਪਾਂ ਨੀਵੇਂ ਹੋ ਜਾਨਨੇ ਆ ਗੱਲ ਇਹ ਨਹੀਂ ਆ ਵੀ ਜਿੱਥੇ ਸਾਰੇ ਸਿੱਖ ਇਕੱਠੇ ਆ ਉੱਥੇ ਅਮਰਤਪਾਲ ਵੀ ਉਹਨਾਂ ਦੇ ਵਿੱਚ ਹੀ ਆ ਮਤਲਬ ਭਰਾਵਾਂ ਰੂਪ ਚ ਹੀ ਆ ਸਾਡੇ ਸਾਡੇ ਨਾਲ ਹੀ ਆ ਕੋਈ ਚੱਕਰ ਨਹੀਂ ਗਾ ਜਿਸੇ ਤੌਰ ਤੇ ਕੋਈ ਗੱਲਬਾਤ ਸਿੱਧੇ ਤੌਰ ਤੇ ਨਾਲ ਹੀ ਆ ਜੀ ਮੈਂ ਕਹਿ ਰਿਹਾ ਭਰਾਵਾਂ ਤੌਰ ਤੇ ਛੋਟਾ ਭਰਾ ਸਾਡਾ ਉਹ ਕੋਈ ਗੱਲ ਨਹੀਂ ਨਾਲ ਆ ਜੀ ਜੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਲਗਾਤਾਰ ਇਨਸਾਫ ਦੀ ਮੰਗ ਨੂੰ ਲੈ ਕੇ ਮੋਹਾਲੀ ਦੇ ਵਿੱਚ ਵੀ ਮੋਰਚਾ ਚੱਲ ਰਿਹਾ ਹੈ ਤੇ ਇੱਥੇ ਭਾਈ ਸੁਖਰਾਜ ਹੁਣੇ ਵੀ ਲਗਾਤਾਰ ਮੋਰਚੇ ਤੇ ਡਟੇ ਹੋਏ ਨੇ ਤੇ ਮੰਗ ਇੱਕੋ ਹੀ ਹੈ ਇਨਸਾਫ ਇਨਸਾਫ ਤੇ ਇਨਸਾਫ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਰਿਪੋਰਟ ਵਿਖਾਈ ਹੈ ਸੋ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਬਹੁਤ ਬਹੁਤ ਧੰਨਵਾਦ